ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਕੈਨੇਡੀਅਨ ਘਰ 'ਤੇ ਗੋਲੀਬਾਰੀ ਜਿਹੜੀ ਹੋਈ ਸੀ। ਦੱਸ ਦਈਏ ਲੋਰੈਂਸ ਬਿਸ਼ਨੋਈ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਲੈ ਲਈ ਹੈ। ਉਦੋਂ ਤੋਂ ਹੀ ਫੈਨਸ ਜਿਹੜੇ ਨੇ ਏਪੀ ਢਿੱਲੋਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਨਜ਼ਰ ਆ ਰਹੇ ਨੇ। ਦੱਸ ਦਈਏ ਹੁਣ ਅੰਮ੍ਰਿਤਪਾਲ ਢਿੱਲੋਂ ਉਰਫ ਏਪੀ ਢਿੱਲੋਂ ਨੇ ਕੈਨੇਡਾ ਵਿੱਚ ਆਪਣੇ ਘਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਆਪਣੀ ਚੁੱਪੀ ਜਿਹੜੀ ਹੈ ਉਹ ਵੀ ਤੋੜ ਦਿੱਤੀ ਹੈ। ਦੱਸ ਦਈਏ ਗਾਇਕ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਫੈਨਸ ਨੂੰ ਦੱਸਿਆ ਹੈ ਕਿ ਉਹ ਬਿਲਕੁਲ ਠੀਕ ਨੇ। ਨਾਲ ਹੀ ਆਪਣੇ ਘਰ 'ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਨੇ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, ਮੈਂ ਸੇਫ ਹਾਂ ਅਤੇ ਮੇਰੇ ਲੋਕ ਮੈਨੂੰ ਅਤੇ ਮੇਰੇ ਲੋਕ ਵੀ ਜਿਹੜੇ ਨੇ ਉਹ ਵੀ ਸੇਫ ਨੇ। ਨਾਲ ਹੀ ਦੱਸ ਦਈਏ ਉਸਨੇ ਵੀ ਕਿਹਾ ਕਿ ਮੇਰੇ ਤੱਕ ਪਹੁੰਚਣ ਵਾਲੇ ਸਾਰਿਆਂ ਦਾ ਧੰਨਵਾਦ, ਨਾਲ ਹੀ ਤੁਹਾਡਾ ਸਹਾਰਾ ਸਭ ਕੁਝ। ਦੱਸ ਦਈਏ ਬ੍ਰਾਊਨ ਮੁੰਡੇ ਹਿੱਟ ਮੇਕਰ ਨੇ ਆਖਰੀ ਸੰਦੇਸ਼ ਵਿੱਚ ਲਿਖਿਆ, ਸਭ ਨੂੰ ਸ਼ਾਂਤੀ ਅਤੇ ਪਿਆਰ। ਦੱਸ ਦਈਏ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਆਪਣੇ ਘਰ 'ਤੇ ਹੋਏ ਕਥਿਤ ਹਮਲੇ ਤੋਂ ਬਾਅਦ ਗਾਇਕ ਨੇ ਸੋਸ਼ਲ ਮੀਡੀਆ 'ਤੇ ਗੀਤ ਛੱਡੋ ਜ਼ਮਾਨੇ ਦੀ ਚਿੰਤਾ ਹੋ ਜਾ ਬੇਪਰਵਾਹ, ਦੱਸ ਦਈਏ ਪੋਸਟ ਕਰਕੇ ਸਭ ਕੁਝ ਠੀਕ ਹੋਣ ਦਾ ਸੰਕੇਤ ਵੀ ਦਿੱਤਾ ਹੈ। ਇਸ ਗੀਤ ਨਾਲ ਉਹ ਆਪਣੇ ਸਾਰੇ ਫੈਨਸ ਨੂੰ ਸਾਫ਼ ਸਾਫ਼ ਇਹ ਦੱਸ ਰਿਹਾ ਹੈ ਕਿ ਉਹ ਕਿ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ। ਦੱਸ ਦਈਏ ਕਿ ਕੈਨੇਡਾ ਦੇ ਵੈਨਕੂਵਰ ਵਿੱਚ ਏਪੀ ਢਿੱਲੋਂ ਦੇ ਘਰ ਐਤਵਾਰ ਨੂੰ ਗੋਲੀਬਾਰੀ ਜਿਹੜੀ ਹੈ ਦੀ ਘਟਨਾ ਹੈ ਉਹ ਵਾਪਰੀ ਹੈ। ਦੱਸ ਦਈਏ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਨਾਲ ਹੀ ਸੋਸ਼ਲ ਮੀਡੀਆ 'ਤੇ ਜਿਹੜੀ ਇਹ ਖਬਰ ਹੈ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਾਲ ਹੀ ਵਾਇਰਲ ਹੋ ਰਹੇ ਇੱਕ ਸੰਦੇਸ਼ ਵਿੱਚ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ 1 ਸਪਤੰਬਰ ਦੀ ਰਾਤ ਨੂੰ ਏਪੀ ਢਿੱਲੋਂ ਦੇ 2 ਟਿਕਾਣਿਆਂ 'ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਨਾਲ ਹੀ ਇਹ ਹਮਲਾ ਵਿਕਟੋਰੀਆ ਆਈਲੈਂਡ ਵਿੱਚ ਗਾਇਕ ਦੇ ਘਰ ਵਿੱਚ ਹੋਇਆ, ਜਦੋਂ ਇੱਕ ਦੂਜਾ ਹਮਲਾ ਟੋਰੋਂਟੋ ਦੇ ਵੁੱਡਬ੍ਰਿਜ ਵਿੱਚ ਉਸਦੇ ਘਰ ਵਿੱਚ ਹੋਇਆ। ਦੱਸ ਦਈਏ ਗੈਂਗ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਪੰਜਾਬੀ ਗਾਇਕ ਦੀ ਸਲਮਾਨ ਖਾਨ ਨਾਲ ਦੋਸਤੀ ਹੋਣ ਕਾਰਨ ਗੋਲੀਬਾਰੀ ਜਿਹੜੀ ਹੈ ਉਹ ਕੀਤੀ ਗਈ ਹੈ। ਨਾਲ ਹੀ ਮੈਸੇਜ 'ਚ ਏਪੀ ਢਿੱਲੋਂ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਉਹ ਸਲਮਾਨ ਖਾਨ ਤੋਂ ਦੂਰ ਰਹਿਣ ਅਤੇ ਆਪਣੀ ਹੱਦ 'ਚ ਰਹਿਣ। ਨਾਲ ਹੀ ਦੱਸ ਦਈਏ ਵੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਨਹੀਂ ਤਾਂ ਉਹਨਾਂ ਨੂੰ ਵੀ ਕੁੱਤੇ ਵਾਲੋਂ ਮਾਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਏਪੀ ਢਿੱਲੋਂ ਅਤੇ ਸਲਮਾਨ ਖਾਨ ਸਟਾਰਰ ਇੱਕ ਮਿਊਜ਼ਿਕ ਵੀਡੀਓ ਓਲਡ ਮਨੀ ਹਾਲੇ ਵਿੱਚ ਰਿਲੀਜ਼ ਹੋਈ ਸੀ, ਜਿਹੜੀ ਕਿ ਉਸ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਬਣ ਗਈ ਸੀ। ਇਸ ਵੀਡੀਓ ਦੇ ਕੁਝ ਹਫ਼ਤੇ ਬਾਅਦ ਹੀ ਗਾਇਕ ਦੇ ਘਰ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਨਾਲ ਹੀ ਫਿਲਹਾਲ ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਵੀ ਜਿਹੜੀ ਹੈ ਉਹ ਕਰ ਰਹੀ ਹੈ।